ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ ਅਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਆਯੁਰਵੈਦਿਕ ਰਸੋਈ। ਅੱਜ ਅਸੀਂ ਆਪਣੀ ਰਸੋਈ ਦੇ ਵਿੱਚ ਸਾਵਨ ਮਹੀਨੇ ਦੀ ਖਾਸ ਰੈਸਿਪੀ ਤਿਆਰ ਕਰਾਂਗੇ। ਇਸ ਰੈਸਿਪੀ ਤੋਂ ਬੇਸ਼ੱਕ ਤੁਸੀਂ ਮੱਠੀਆਂ ਤਿਆਰ ਕਰ ਲਓ ਅਤੇ ਜਾਂ ਫਿਰ ਬਿਸਕੁਟ, ਇਹ ਤੁਹਾਡੀ ਆਪਣੀ ਚੋਇਸ ਹੈ। ਅਤੇ ਇਹ ਜ਼ਰੂਰ ਜਾਣਾਂਗੇ ਕਿ ਬਿਸਕੁਟ ਜਾਂ ਰਸ ਖਾਣ ਨਾਲੋਂ ਮੱਠੀਆਂ ਖਾਣੀਆਂ ਕਿਉਂ ਬਿਹਤਰ ਨੇ ਅਤੇ ਇਹਨਾਂ ਮੱਠੀਆਂ ਨੂੰ ਪੌਸ਼ਟਿਕ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ। ਆਓ ਰੈਸਿਪੀ ਦੀ ਸ਼ੁਰੂਆਤ ਕਰਦੇ ਹਾਂ। ਇਸ ਰੈਸਿਪੀ ਦੇ ਲਈ ਸਾਨੂੰ ਸਹੀ ਨਾਪ ਦੀ ਲੋੜ ਹੈ, ਇਸ ਕਰਕੇ ਇੱਕ ਕੌਲੀ ਲੈ ਕੇ ਇਸ ਦੇ ਨਾਲ ਮੈਂ ਨਾਪ ਕੇ ਆਟਾ ਲੈ ਲਿਆ ਹੈ। ਅੱਧੀ ਕੌਲੀ ਸੂਜੀ ਲਈ ਹੈ ਅਤੇ ਇੱਕ ਕੌਲੀ ਤੋਂ ਥੋੜ੍ਹੀ ਜਿਹੀ ਘੱਟ ਜਾਂ ਇੱਕ ਕੌਲੀ ਦੇ ਲਗਭਗ ਅਸੀਂ ਸ਼ੱਕਰ ਲੈਣੀ ਹੈ। ਅੱਧੀ ਕੌਲੀ ਦੇ ਲਗਭਗ ਨਾਰੀਅਲ ਦਾ ਬੁਰਾਦਾ ਲਿਆ ਹੈ। ਹੁਣ ਕੁਝ ਹੋਰ ਤਿਆਰੀ ਕਰਦੇ ਹਾਂ। ਇਸ ਦੇ ਲਈ ਇੱਕ ਗ੍ਰਾਈਂਡਰ ਲੈ ਲਿਆ ਹੈ। ਇਸ ਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚੇ ਦੇ ਲਗਭਗ ਮੋਟਾ ਧਨੀਆ। ਇਸ ਦੇ ਨਾਲ ਹੀ ਆਪਾਂ ਇੱਕ ਚਮਚ ਇਸ ਦੇ ਅੰਦਰ ਸੌਂਫ ਦੇ ਪਾਵਾਂਗੇ ਅਤੇ ਅੱਧੇ ਚਮਚ ਦੇ ਲਗਭਗ ਅਸੀਂ ਇਸ ਦੇ ਵਿੱਚ ਜੀਰਾ ਪਾਉਣਾ ਹੈ। ਇਸ ਰੈਸਿਪੀ ਨੂੰ ਪਚਾਉਣ ਵਿੱਚ ਕੋਈ ਦਿੱਕਤ ਨਾ ਹੋਵੇ, ਇਹ ਮਸਾਲੇ ਇਸ ਦੇ ਵਿੱਚ ਸਾਡੀ ਮਦਦ ਕਰਨਗੇ ਅਤੇ ਸਾਵਣ ਮਹੀਨੇ ਵਿੱਚ ਇਹ ਚੰਗੇ ਵੀ ਹੁੰਦੇ ਹਨ। ਹੁਣ ਅਸੀਂ 5-7 ਕਾਜੂ ਦੇ ਦਾਣੇ ਅਤੇ 2 ਕੁ ਚਮਚ ਮਗਜ਼ ਪਾ ਦਿੱਤੇ ਹਨ, ਇਸ ਨੂੰ ਪੀਸ ਲਵਾਂਗੇ ਅਤੇ ਇਹ ਜਿਹੜਾ ਪਾਊਡਰ ਤਿਆਰ ਹੋਇਆ ਹੈ ਮਸਾਲਿਆਂ ਅਤੇ ਕਾਜੂ ਅਤੇ ਮਗਜ਼ ਵਾਲਾ, ਇਸ ਨੂੰ ਵੀ ਅਸੀਂ ਇਸ ਦੇ ਅੰਦਰ ਰਲਾ ਦੇਣਾ ਹੈ। ਸਾਡੇ ਕੋਲ ਹੁਣ ਸਾਰਾ ਸੁੱਕਾ ਮਟੀਰੀਅਲ ਜਿਹੜਾ ਹੈ ਉਹ ਅਸੀਂ ਇਕੱਠਾ ਕਰ ਲਿਆ ਹੈ। ਮਗਜ਼ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਕਾਜੂ ਵੀ ਬਹੁਤੇ ਜ਼ਿਆਦਾ ਗਰਮ ਨਹੀਂ ਹੁੰਦੇ ਅਤੇ ਅਸੀਂ ਇਹਨਾਂ ਦੀ ਮਾਤਰਾ ਵੀ ਥੋੜ੍ਹੀ ਲਈ। ਇਸੇ ਤਰ੍ਹਾਂ ਨਾਰੀਅਲ ਦਾ ਬੁਰਾਦਾ ਵੀ ਜ਼ਿਆਦਾ ਗਰਮ ਚੀਜ਼ਾਂ ਦੇ ਵਿੱਚ ਨਹੀਂ ਆਉਂਦਾ। ਹੁਣ ਅਸੀਂ ਇਹਨਾਂ ਸਾਰਿਆਂ ਨੂੰ ਮਿਲਾ ਲਵਾਂਗੇ। ਦੂਸਰੀ ਗੱਲ ਇਹ ਹੈ ਕਿ ਸਾਵਣ ਦਾ ਮਹੀਨਾ ਜਿਹੜਾ ਹੈ, ਜਿੱਥੇ ਗਰਮੀ ਜ਼ਿਆਦਾ ਹੁੰਦੀ ਹੈ ਉੱਥੇ ਵਾਤ ਨੂੰ ਵੀ ਵਧਾਉਂਦਾ ਹੈ। ਵਾਤ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਹਨ, ਖਾਸ ਤੌਰ 'ਤੇ ਸਰੀਰ ਵਿੱਚ ਕਈ ਪ੍ਰਕਾਰ ਦੇ ਦਰਦ। ਜਿੰਨਾ ਵੀ ਸਮਾਨ ਆਪਾਂ ਇਸ ਆਟੇ ਦੇ ਵਿੱਚ ਰਲਾਇਆ ਹੈ, ਇਹ ਸਾਰਾ ਹੀ ਆਪਾਂ ਨੂੰ ਦਰਦ ਦੇ ਵਿੱਚ ਅਤੇ ਵਾਤ ਰੋਗਾਂ ਦੇ ਉੱਪਰ ਬਹੁਤ ਹੀ ਵਧੀਆ ਲਾਭ ਦੇਵੇਗਾ। ਹੁਣ ਅਸੀਂ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਿਆ, ਵਿਚਕਾਰ ਇੱਕ ਗੱਡਾ ਜਿਹਾ ਬਣਾ ਲਵਾਂਗੇ। ਥੋੜ੍ਹਾ ਜਿਹਾ ਪਾਣੀ ਪਾਉਣਾ ਹੈ ਕਿਉਂਕਿ ਅਸੀਂ ਸੰਭਲ ਕੇ ਪਾਣੀ ਪਾਉਣਾ ਹੈ ਜਿੰਨਾ ਗੁੰਨਣ ਲਈ ਲੋੜ ਹੋਵੇਗੀ। ਇੱਕ ਕੜਛੀ ਅਸੀਂ ਗਰਮ ਦੇਸੀ ਘਿਓ ਦਾ ਇਸੇ ਪਾਣੀ ਦੇ ਅੰਦਰ ਰਲਾ ਦਿਆਂਗੇ। ਇਸ ਤਰ੍ਹਾਂ ਇਸ ਨੂੰ ਬਹੁਤ ਸੌਖੇ ਤਰੀਕੇ ਨਾਲ ਅਸੀਂ ਪੂਰੇ ਆਟੇ ਦੇ ਵਿੱਚ ਮਿਲਾ ਲਵਾਂਗੇ। ਥੋੜ੍ਹਾ ਬਹੁਤ ਘਿਓ ਪਾਉਣਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਮੱਠੀਆਂ ਬਹੁਤ ਜ਼ਿਆਦਾ ਸਖਤ ਬਣ ਜਾਂਦੀਆਂ ਹਨ, ਭਾਵ ਕਿ ਇਹਨਾਂ ਨੂੰ ਚਬਾਉਣਾ ਵੀ ਔਖਾ ਹੋ ਜਾਂਦਾ ਹੈ। ਇਸ ਕਰਕੇ ਇਹਨਾਂ ਨੂੰ ਅੰਦਰੋਂ ਸੌਫਟ ਰੱਖਣ ਲਈ ਅਤੇ ਕ੍ਰਿਸਪੀ ਕੁਰਕਰੀਆਂ ਬਣਾਉਣ ਦੇ ਲਈ ਆਪਾਂ ਨੂੰ ਥੋੜ੍ਹੇ ਜਿਹੇ ਘਿਓ ਦੀ ਵਰਤੋਂ ਜ਼ਰੂਰ ਕਰਨੀ ਪੈਂਦੀ ਹੈ। ਹੁਣ ਅਸੀਂ ਇਸ ਨੂੰ ਆਪਣੇ ਵੱਲੋਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਟਾਈਟ ਹੀ ਗੁੰਨੀਏ, ਕਿਉਂਕਿ ਸ਼ੱਕਰ ਅਤੇ ਘਿਓ ਹੋਣ ਕਰਕੇ ਇਹ ਵੈਸੇ ਬਹੁਤਾ ਜ਼ਿਆਦਾ ਟਾਈਟ ਨਹੀਂ ਹੁੰਦਾ, ਇਸ ਕਰਕੇ ਅਸੀਂ ਇਹਨੂੰ ਢਿੱਲਾ ਨਹੀਂ ਗੁੰਨਣਾ। ਅੱਜ ਕੱਲ੍ਹ ਦੇ ਮੌਸਮ ਵਿੱਚ ਅਸੀਂ ਬਿਸਕੁਟ ਵੀ ਬਣਵਾਉਂਦੇ ਹਾਂ। ਜੇ ਤੁਸੀਂ ਬਿਸਕੁਟ ਬਣਵਾਓ ਤਾਂ ਵੀ ਤੁਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ, ਜਿਵੇਂ ਕਿ ਸ਼ੱਕਰ ਮਿੱਠੇ ਦੇ ਲਈ ਅਤੇ ਉਸਨੂੰ ਹੋਰ ਤਾਕਤਵਰ ਬਣਾਉਣ ਦੇ ਲਈ ਨਾਰੀਅਲ ਦਾ ਬੁਰਾਦਾ ਜਾਂ ਮਗਜ਼ ਅਸੀਂ ਉਸਦੇ ਅੰਦਰ ਪਾ ਸਕਦੇ ਹਾਂ। ਆਟੇ ਨੂੰ ਥੋੜ੍ਹਾ ਜਿਹਾ ਸੈੱਟ ਕਰਨ ਲਈ ਇੱਕ ਚਮਚ ਦੇਸੀ ਘਿਓ ਉੱਪਰ ਪਾ ਕੇ ਇਸ ਦੀ ਚਿਪਚਿਪਾਹਟ ਨੂੰ ਆਪਾਂ ਖਤਮ ਕਰ ਲਵਾਂਗੇ ਤਾਂ ਕਿ ਇਸ ਨੂੰ ਵੇਲਣਾ ਅਤੇ ਇਸ ਦੇ ਪੇੜੇ ਬਣਾਉਣੇ ਬਹੁਤ ਹੀ ਆਸਾਨ ਹੋ ਜਾਵਣ। ਹੁਣ ਕੁਝ ਦੇਰ ਅਸੀਂ ਇਸ ਨੂੰ ਰੱਖ ਦਿਆਂਗੇ ਆਟੇ ਨੂੰ, 5-10 ਮਿੰਟ ਅਸੀਂ ਇਸ ਨੂੰ ਸੈੱਟ ਕਰਨਾ ਹੈ। ਇੰਨੀ ਦੇਰ 'ਚ ਅਸੀਂ ਬਾਕੀ ਦੀ ਕੁਝ ਤਿਆਰੀ ਕਰ ਲਵਾਂਗੇ, ਜਿਵੇਂ ਕਿ ਅਸੀਂ ਤੇਲ ਵੀ ਗਰਮ ਕਰਨ ਲਈ ਰੱਖਣਾ ਹੈ ਅਤੇ ਇਸ ਤੋਂ ਇਲਾਵਾ ਸਾਨੂੰ ਚੱਕਲਾ, ਵੇਲਣਾ, ਬਾਕੀ ਚੀਜ਼ਾਂ ਦੀ ਲੋੜ ਪਏਗੀ ਕਿਉਂਕਿ ਇਸ ਨੂੰ ਵੇਲ ਕੇ ਅਸੀਂ ਇਸ ਦੀਆਂ ਮੱਠੀਆਂ ਨੂੰ ਕਟਿੰਗ ਵੀ ਕਰਨੀ ਹੈ। ਹੁਣ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੂੰਗੀ ਕਿ ਆਪਾਂ ਜ਼ਿਆਦਾ ਅੱਜ ਕੱਲ੍ਹ ਪ੍ਰੈਫਰ ਕਰਦੇ ਹਾਂ ਕਿ ਆਪਾਂ ਰਸ ਖਾ ਲਈਏ ਜਾਂ ਬਿਸਕੁਟ ਲੈ ਲਈਏ ਜਿਹੜੇ ਕਿ ਬਾਜ਼ਾਰ ਦੇ ਵਿੱਚੋਂ ਮਿਲਦੇ ਹਨ। ਪਰ ਜੇ ਕੋਈ ਮੱਠੀਆਂ ਦੀ ਗੱਲ ਕਹੇ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਨਹੀਂ ਖਾਣੀਆਂ ਕਿਉਂਕਿ ਇਹ ਤਲੀਆਂ ਹੋਈਆਂ ਨੇ, ਫਰਾਈਡ ਨੇ, ਇਹਨਾਂ ਨੂੰ ਨਹੀਂ ਖਾਣਾ ਚਾਹੀਦਾ, ਇਹ ਬਹੁਤ ਨੁਕਸਾਨ ਕਰ ਸਕਦੀਆਂ ਨੇ। ਪਰ ਜ਼ਰਾ ਸੋਚੋ ਕਿ ਇੱਕ ਪਾਸੇ ਮੈਦਾ ਹੈ, ਲੋਅ ਫਾਈਬਰ ਹੈ,
ਦੂਸਰੇ ਪਾਸੇ ਇੱਕ ਹਾਈ ਫਾਈਬਰ ਕੰਟੈਂਟ ਵਾਲਾ ਆਟਾ ਹੈ ਜਿਸ ਨੂੰ ਅਸੀਂ ਘਰ ਵਿੱਚ ਪੀਸਿਆ ਹੋਇਆ ਹੈ। ਉਸ ਨੂੰ ਹੋਰ ਫਾਈਬਰਸ ਬਣਾਉਣ ਲਈ ਅਸੀਂ ਚਾਹੀਏ ਤਾਂ ਇਸ ਵਿੱਚ ਥੋੜ੍ਹਾ ਬਹੁਤ ਮਿਲਟ ਦਾ ਆਟਾ ਵੀ ਮਿਲਾ ਸਕਦੇ ਹਾਂ। ਬਾਕੀ ਅਸੀਂ ਇਸ ਵਿੱਚ ਨਾਰੀਅਲ ਦਾ ਬੁਰਾਦਾ, ਥੋੜ੍ਹਾ ਡਰਾਈ ਫਰੂਟ ਸਪਾਈਸਿਸ ਪਾਏ ਹਨ ਜਿਸ ਦੇ ਨਾਲ ਇਸ ਦਾ ਫਾਈਬਰ ਹੋਰ ਜ਼ਿਆਦਾ ਵੱਧ ਜਾਂਦਾ ਹੈ। ਇਸ ਦੇ ਨਾਲ ਇਹ ਡਾਈਜੈਸ਼ਨ 'ਤੇ ਬਹੁਤ ਵਧੀਆ ਕੰਮ ਕਰੇਗੀ, ਜਦੋਂ ਕਿ ਮੈਦੇ ਦੇ ਜਿਹੜੇ ਬਿਸਕਿਟ ਨੇ ਜਾਂ ਮੈਦੇ ਦੇ ਸਨੈਕਸ ਨੇ ਉਹ ਸਾਨੂੰ ਕੌਨਸਟੀਪੇਸ਼ਨ ਕਰ ਸਕਦੇ ਹਨ। ਬਾਜ਼ਾਰ ਵਿੱਚ ਮਿਲਣ ਵਾਲੇ ਸ਼ੂਗਰ ਫਰੀ ਜਿਹੜੀਆਂ ਚੀਜ਼ਾਂ ਹਨ ਜਾਂ ਫਿਰ ਜਿਨ੍ਹਾਂ ਦੇ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਫਾਈਬਰ ਜ਼ਿਆਦਾ ਐਡ ਕੀਤਾ ਹੋਇਆ ਹੈ, ਉਹ ਸਭ ਕੁਝ ਜ਼ਿਆਦਾ ਨੁਕਸਾਨਦਾਇਕ ਹੈ ਨੈਚੁਰਲ ਫਾਈਬਰ ਅਤੇ ਨੈਚੁਰਲ ਸ਼ੂਗਰ ਦੇ ਮੁਕਾਬਲੇ। ਮਿੱਠੇ ਦੇ ਲਈ ਅਸੀਂ ਇਹਨਾਂ ਮੱਠੀਆਂ ਦੇ ਵਿੱਚ ਸ਼ੱਕਰ ਦਾ ਇਸਤੇਮਾਲ ਕੀਤਾ ਹੈ ਜਿਹੜੀ ਕਿ ਨਾ ਕੇਵਲ ਮਿੱਠਾ ਦਿੰਦੀ ਹੈ ਸਗੋਂ ਸਰੀਰ ਨੂੰ ਤਾਕਤ ਵੀ ਦਿੰਦੀ ਹੈ। ਸ਼ੱਕਰ ਦੇ ਵਿੱਚ ਕੈਲਸ਼ੀਅਮ, ਆਇਰਨ, ਜ਼ਿੰਕ, ਫਾਸਫੋਰਸ, ਪੋਟਾਸ਼ੀਅਮ ਵਰਗੇ ਅਨੇਕਾਂ ਇਸ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ ਜਿਹੜੇ ਕਿ ਸਾਡੇ ਬੀਪੀ ਦੇ ਉੱਪਰ ਵੀ ਚੰਗਾ ਕੰਮ ਕਰਦੇ ਹਨ, ਐਂਟੀ ਆਕਸੀਡੈਂਟਸ ਦਾ ਕੰਮ ਕਰਦੇ ਹਨ, ਲਿਵਰ ਨੂੰ ਡਿਟੋਕਸ ਕਰਦੇ ਹਨ, ਖੂਨ ਦੀ ਸਫਾਈ ਕਰਦੇ ਹਨ, ਐਨੀਮੀਆ ਨੂੰ ਦੂਰ ਕਰਦੇ ਹਨ ਭਾਵ ਕਿ ਖੂਨ ਦੀ ਕਮੀ ਨੂੰ। ਓਵਰਆਲ ਸ਼ੱਕਰ ਸਾਡੀ ਬਾਡੀ ਦੇ ਲਈ ਜੇ ਅਸੀਂ ਲਿਮਿਟਡ ਮਾਤਰਾ ਵਿੱਚ ਖਾਈਏ, ਜਿੰਨਾ ਕੁ ਮਿੱਠਾ ਸਾਨੂੰ ਜ਼ਰੂਰੀ ਹੁੰਦਾ ਹੈ, ਤਾਂ ਇਹ ਨੁਕਸਾਨ ਨਹੀਂ ਸਗੋਂ ਫਾਇਦਾ ਹੀ ਕਰਦਾ ਹੈ। ਹਾਂ, ਓਵਰ ਤਾਂ ਅਤੀ ਹਰ ਚੀਜ਼ ਦੀ ਮਾੜੀ ਹੈ, ਬੇਸ਼ੱਕ ਉਹ ਹੈਲਦੀ ਹੀ ਕਿਉਂ ਨਾ ਹੋਵੇ। ਇੱਕ ਪੇੜੇ ਨੂੰ ਵੇਲ ਕੇ ਨਾ ਬਹੁਤਾ ਪਤਲਾ ਅਤੇ ਨਾ ਹੀ ਬਹੁਤ ਜ਼ਿਆਦਾ ਮੋਟਾ ਰੱਖਣਾ ਹੈ। ਇਸ ਤਰ੍ਹਾਂ ਆਪਾਂ ਪੀਸਿਸ ਕੱਟ ਲੈਣੇ ਹਨ। ਤੁਸੀਂ ਆਪਣੇ ਹਿਸਾਬ ਨਾਲ ਸ਼ੇਪ ਦੇ ਸਕਦੇ ਹੋ, ਕੋਈ ਕੁੱਕੀ ਕਟਰਸ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਹਨਾਂ ਨੂੰ ਬੇਕ ਵੀ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਫਰਾਈ ਵੀ ਕੀਤਾ ਜਾ ਸਕਦਾ ਹੈ। ਇਹ ਚੋਣ ਤੁਸੀਂ ਆਪ ਕਰ ਸਕਦੇ ਹੋ, ਪਰ ਮੈਂ ਇੱਥੇ ਟ੍ਰੈਡੀਸ਼ਨਲ ਤਰੀਕਾ ਹੀ ਵਰਤੂੰਗੀ ਜਿਸ ਦੇ ਵਿੱਚ ਮੈਂ ਸਰੋਂ ਦਾ ਕੱਚੀ ਘਾਣੀ ਵਾਲਾ ਤੇਲ ਲੈ ਕੇ ਇਹਨਾਂ ਨੂੰ ਫਰਾਈ ਕਰਾਂਗੀ, ਕਿਉਂਕਿ ਸਾਵਨ ਦੇ ਮਹੀਨੇ ਵਿੱਚ ਤੇਲ ਵਿੱਚ ਤਲੀਆਂ ਹੋਈਆਂ ਚੀਜ਼ਾਂ ਸਾਨੂੰ ਨੁਕਸਾਨ ਨਹੀਂ ਕਰਦੀਆਂ, ਸਗੋਂ ਫਾਇਦਾ ਕਰਦੀਆਂ ਹਨ। ਕਿਉਂਕਿ ਜੇ ਬਾਰਿਸ਼ ਦੀਆਂ ਬੂੰਦਾਂ ਦੇ ਨਾਲ ਜਾਂ ਇਸ ਤਰ੍ਹਾਂ ਦੇ ਮੌਸਮ ਦੇ ਨਾਲ ਅਕਸਰ ਤੁਹਾਡਾ ਪੇਟ ਅਪਸੈਟ ਹੋ ਜਾਂਦਾ ਹੈ ਜਾਂ ਫਿਰ ਤੁਹਾਨੂੰ ਸਹੀ ਤਰੀਕੇ ਨਾਲ ਭੁੱਖ ਨਹੀਂ ਲੱਗਦੀ ਅਤੇ ਪਾਚਨ ਠੀਕ ਨਹੀਂ ਰਹਿੰਦਾ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ, ਤਾਂ ਸਾਨੂੰ ਥੋੜ੍ਹਾ ਬਹੁਤ ਤਲੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਭੋਜਨ ਰਾਹੀਂ ਗਿਆ ਹੋਇਆ ਇਹ ਤੇਲ ਸਾਡੇ ਸਰੀਰ ਦੇ ਵਿੱਚ ਸੋਜ ਅਤੇ ਡਰਾਈਨੈਸ ਨੂੰ ਘਟਾਉਂਦਾ ਹੈ ਅਤੇ ਵਾਤ ਦੋਸ਼ ਨੂੰ ਕਾਬੂ ਕਰਦਾ ਹੈ, ਕਿਉਂਕਿ ਸਰੋਂ ਦਾ ਤੇਲ ਵਾਤ ਕਫ ਸ਼ਾਮਕ ਹੁੰਦਾ ਹੈ। ਇਹਨਾਂ ਮੱਠੀਆਂ ਨੂੰ ਤਲਣ ਲੱਗੇ ਅਸੀਂ ਤੇਲ ਨੂੰ ਕੁਝ ਦੇਰ ਤੇਜ਼ ਗੈਸ 'ਤੇ ਹੀ ਰੱਖਾਂਗੇ ਅਤੇ ਕੁਝ ਦੇਰ ਮੱਠੀ ਗੈਸ 'ਤੇ ਕਰ ਦੇਣਾ ਹੈ ਤਾਂ ਕਿ ਇਹ ਅੰਦਰੋਂ ਕੱਚੀਆਂ ਨਾ ਰਹਿਣ ਅਤੇ ਚੰਗੀ ਤਰ੍ਹਾਂ ਪੱਕ ਜਾਣ। ਇਹਨਾਂ ਦੀ ਸਾਈਡ ਚੇਂਜ ਹੋਣ ਤੋਂ ਪਹਿਲਾਂ ਅਸੀਂ ਇੰਤਜ਼ਾਰ ਕਰਾਂਗੇ ਕਿ ਇਹ ਉੱਪਰ ਆ ਜਾਣਗੀਆਂ ਜਦੋਂ ਇਹਨਾਂ ਦਾ ਇੱਕ ਪਾਸਾ ਪੱਕ ਜਾਏਗਾ। ਫਿਰ ਅਸੀਂ ਚਿਮਟੇ ਦੀ ਮਦਦ ਦੇ ਨਾਲ ਇਹਨਾਂ ਦਾ ਦੂਸਰਾ ਪਾਸਾ ਪਕਾ ਲਵਾਂਗੇ ਪਰਤ ਕੇ, ਅਤੇ ਇਸੇ ਤਰ੍ਹਾਂ ਥੋੜ੍ਹੀ ਦੇਰ ਹਿਲਾਉਂਦੇ ਜਲਾਉਂਦੇ ਇਹਨਾਂ ਨੂੰ ਫਰਾਈ ਕਰਕੇ ਅਸੀਂ ਗੋਲਡਨ ਬਰਾਊਨ ਕਰਕੇ ਬਾਹਰ ਕੱਢ ਲੈਣਾ ਹੈ। ਬਹੁਤ ਸਾਰੇ ਲੋਕਾਂ ਦਾ ਸਵਾਲ ਇਹ ਹੁੰਦਾ ਹੈ ਕਿ ਜਦੋਂ ਆਪਾਂ ਤੇਲ 'ਚ ਫਰਾਈ ਕਰਦੇ ਹਾਂ ਤਾਂ ਬਚੇ ਹੋਏ ਤੇਲ ਦਾ ਕੀ ਕਰੀਏ। ਜੇ ਤੁਹਾਡੇ ਕੋਲ ਮਸਾਜ ਦੇ ਲਈ ਆਇਲ ਨਹੀਂ ਹੈ ਤਾਂ ਇਸ ਤੇਲ ਨੂੰ ਠੰਡਾ ਕਰਕੇ ਛਾਣ ਕੇ ਅਸੀਂ ਬਾਡੀ ਮਸਾਜ ਦੇ ਲਈ ਯੂਜ਼ ਕਰ ਸਕਦੇ ਹਾਂ। ਅਤੇ ਕੋਈ ਇਸ ਗੱਲ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਆਯੁਰਵੈਦਿਕ ਜਿੰਨੇ ਵੀ ਤੇਲ ਹਨ ਉਹਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਮਸਾਲੇ ਪਾ ਕੇ ਉਹਨਾਂ ਨੂੰ ਪਕਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੀ ਅਸੀਂ ਉਹਨਾਂ ਨੂੰ ਮਾਲਿਸ਼ ਲਈ ਤਿਆਰ ਕਰਦੇ ਹਾਂ, ਤਾਂ ਇਹ ਮਾਲਿਸ਼ ਦੇ ਲਈ ਬਿਲਕੁਲ ਵੀ ਨੁਕਸਾਨਦਾਇਕ ਨਹੀਂ ਹੈ। ਦੂਸਰਾ ਜਿਹੜਾ ਹੈ ਉਹ ਇਹ ਹੈ ਕਿ ਜਦੋਂ ਵੀ ਆਪਾਂ ਸਰੋਂ ਦੇ ਤੇਲ ਦੀ ਵਰਤੋਂ ਕਰਦੇ ਹਾਂ ਤਾਂ ਆਪਾਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸਾੜਦੇ ਹਾਂ, ਫਿਰ ਉਸ ਦੇ ਵਿੱਚ ਆਪਾਂ ਕੁਝ ਪਾਉਂਦੇ ਹਾਂ, ਤਾਂ ਇਹ ਵਨ ਟਾਈਮ ਹੀਟ ਹੋਇਆ ਹੈ ਜਿਹੜਾ ਘਰ ਦਾ ਕੱਚੀ ਘਾਣੀ ਵਾਲਾ ਤੇਲ ਹੈ। ਇਸ ਨੂੰ ਛਾਣ ਕੇ ਰੱਖ ਲਓ ਅਤੇ ਹੁਣ ਇਸ ਨੂੰ ਦੁਬਾਰਾ ਤਲਣ ਲਈ ਨਹੀਂ ਵਰਤਣਾ, ਪਰ ਜਦੋਂ ਅਸੀਂ ਸਬਜ਼ੀ ਬਣਾਉਣੀ ਹੈ ਤਾਂ ਅਸੀਂ ਇਸ ਦਾ ਇਸਤੇਮਾਲ ਕਰ ਸਕਦੇ ਹਾਂ। ਬਸ ਹੁਣ ਗਰਮ ਕਰਨ ਦੀ ਵਾਰ-ਵਾਰ ਲੋੜ ਨਹੀਂ, ਜਿਵੇਂ ਆਪਾਂ ਆਮ ਦੇਸੀ ਘਿਓ ਅਸੀਂ ਤੜਕੇ ਲਈ ਵਰਤਦੇ ਹਾਂ, ਬਿਲਕੁਲ ਉਸੇ ਤਰ੍ਹਾਂ ਇਸ ਤੇਲ ਨੂੰ ਵੀ ਵਰਤਿਆ ਜਾ ਸਕਦਾ ਹੈ ਅਤੇ ਬਹੁਤਾ ਗਰਮ ਕਰਨ ਦੀ ਲੋੜ ਨਹੀਂ ਹੈ। ਇਸ ਤਰੀਕੇ ਆਪਾਂ ਤੇਲ ਦਾ ਇਸਤੇਮਾਲ ਕਰ ਸਕਦੇ ਹਾਂ, ਇਸ ਨੂੰ ਵੇਸਟ ਹੋਣ ਤੋਂ ਬਚਾ ਸਕਦੇ ਹਾਂ।
ਜਿਵੇਂ ਅਸੀਂ ਹੁਣ ਥੋੜ੍ਹੀਆਂ ਜਿਹੀਆਂ ਮੱਠੀਆਂ ਤਲ ਲਈਆਂ, ਬਾਕੀ ਦੀਆਂ ਵੀ ਇਸੇ ਤਰੀਕੇ ਨਾਲ ਅਸੀਂ ਹੌਲੀ ਹੌਲੀ ਕਰਕੇ ਤਲ ਲਵਾਂਗੇ। ਇਹ ਮੱਠੀਆਂ ਬੱਚਿਆਂ ਲਈ ਵੀ ਬਹੁਤ ਜ਼ਿਆਦਾ ਪੌਸ਼ਟਿਕ ਹਨ, ਖਾਸ ਤੌਰ 'ਤੇ ਉਹ ਬੱਚੇ ਜਿਹੜੇ ਕਮਜ਼ੋਰ ਹਨ, ਜਿਨ੍ਹਾਂ ਦੇ ਅੰਦਰ ਖੂਨ ਦੀ ਕਮੀ ਅਤੇ ਥਕਾਨ ਬਣਿਆ ਰਹਿੰਦਾ ਹੈ, ਕਿਉਂਕਿ ਬੱਚੇ ਕਈ ਵਾਰ ਰੋਟੀ ਖਾਂਦੇ ਹੀ ਨਹੀਂ। ਪਰ ਉਹਨਾਂ ਨੂੰ ਰੋਟੀ ਖਵਾਉਣ ਦੇ ਲਈ ਅਸੀਂ ਅਲੱਗ ਅਲੱਗ ਟ੍ਰਿਕਸ ਵਰਤਦੇ ਹਾਂ। ਜੇ ਅਸੀਂ ਇਹ ਮੱਠੀਆਂ ਉਹਨਾਂ ਨੂੰ ਦੇ ਦਈਏ ਤਾਂ ਇਹ ਰੋਟੀ ਦੇ ਬਰਾਬਰ ਹੀ ਨੇ। ਜੇ ਬੱਚੇ ਇਹ ਖਾ ਲੈਂਦੇ ਨੇ ਇੱਕ ਟਾਈਮ, ਤਾਂ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿ ਉਹਨਾਂ ਨੇ ਰੋਟੀ ਨਹੀਂ ਖਾਧੀ। ਜਲਦੀ ਖਰਾਬ ਨਾ ਹੋਣ ਕਰਕੇ ਅਸੀਂ ਇਹਨਾਂ ਨੂੰ ਲੰਬੇ ਟਾਈਮ ਤੱਕ ਸਟੋਰ ਵੀ ਕਰ ਸਕਦੇ ਹਾਂ, ਸਕੂਲ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ। ਬਸ ਸੋਚ ਬਦਲਣ ਦੀ ਲੋੜ ਹੈ। ਅਸੀਂ ਬੱਚਿਆਂ ਨੂੰ ਕੀ ਆਫਰ ਕਰਨਾ ਹੈ ਇਹ ਸਾਡੇ ਉੱਪਰ ਡਿਪੈਂਡ ਕਰਦਾ ਹੈ, ਬੱਚਿਆਂ ਦੀ ਗਲਤੀ ਨਹੀਂ ਹੈ। ਜੇ ਅਸੀਂ ਆਪ ਮਜ਼ਬੂਤ ਹੋ ਜਾਵਾਂਗੇ ਆਪਣੀ ਸੋਚ ਨੂੰ ਲੈ ਕੇ, ਤਾਂ ਬੱਚੇ ਸਭ ਕੁਝ ਖਾਣ ਲੱਗ ਜਾਂਦੇ ਹਨ ਜੋ ਘਰ ਵਿੱਚ ਬਣਦਾ ਹੈ। ਹੁਣ ਇੱਕ ਹੋਰ ਕੰਪਲੇਂਟ ਬਹੁਤ ਜ਼ਿਆਦਾ ਮਾਪੇ ਕਰਦੇ ਹਨ ਕਿ ਬੱਚੇ ਬਹੁਤ ਡਿਸਟਰੈਕਟਡ ਰਹਿੰਦੇ ਹਨ ਅਤੇ ਇੱਧਰ ਉੱਧਰ ਭੱਜਦੇ ਦੌੜਦੇ ਟਿਕ ਕੇ ਉਹ ਬੈਠ ਹੀ ਨਹੀਂ ਸਕਦੇ, ਚੀਜ਼ਾਂ ਤੋੜਦੇ ਹਨ। ਇਸ ਤਰ੍ਹਾਂ ਦੇ ਜਿਹੜੇ ਵੀ ਲੱਛਣ ਹਨ, ਇਹ ਵੀ ਵਾਤ ਦੇ ਲੱਛਣ ਹਨ। ਇਹਨਾਂ ਨੂੰ ਕਾਬੂ ਕਰਨ ਲਈ ਬੱਚਿਆਂ ਦੀ ਮਾਲਿਸ਼ ਕਰਨਾ ਅਤੇ ਉਹਨਾਂ ਨੂੰ ਤੇਲ ਵਾਲਾ ਭੋਜਨ ਦੇਣਾ ਜਾਂ ਘਿਓ ਵਾਲਾ ਭੋਜਨ ਦੇਣਾ ਕਾਫੀ ਫਾਇਦੇਮੰਦ ਹੋ ਸਕਦਾ ਹੈ। ਅਸੀਂ ਆਪਣੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਬਿਠਾ ਲਈਆਂ ਹਨ ਕਿ ਜੋ ਪੈਕਟ ਦੇ ਵਿੱਚ ਬੰਦ ਆ ਰਿਹਾ ਹੈ ਉਹ ਸ਼ਾਇਦ ਜ਼ਿਆਦਾ ਹੈਲਦੀ ਹੈ, ਉਹ ਸ਼ਾਇਦ ਜ਼ਿਆਦਾ ਹਾਈਜੀਨਿਕ ਹੈ, ਜੋ ਟ੍ਰੈਡੀਸ਼ਨਲ ਸੀ ਉਹ ਹੈਲਦੀ ਨਹੀਂ ਹੈ, ਉਹ ਕੇਵਲ ਫੈਟ ਅਤੇ ਕਾਰਬੋਹਾਈਡਰੇਟਸ ਦਾ ਘਰ ਹੈ। ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਸਾਡੀਆਂ ਮੱਠੀਆਂ ਬਹੁਤ ਵਧੀਆ ਕੁਰਕੁਰੀਆਂ ਅਤੇ ਕ੍ਰਿਸਪੀ ਬਣੀਆਂ ਹਨ, ਪਰ ਅੰਦਰੋਂ ਇੰਨੀਆਂ ਹੀ ਸੌਫਟ ਅਤੇ ਟੇਸਟੀ ਹਨ। ਹੈਲਦੀ ਨੇ, ਪਰ ਅਸੀਂ ਗਲਤੀ ਕਿੱਥੇ ਕਰ ਰਹੇ ਹਾਂ? ਅਸੀਂ ਗਲਤੀ ਕਰ ਰਹੇ ਹਾਂ ਮਾਤਰਾ ਦੇ ਵਿੱਚ। ਅਸਲ ਵਿੱਚ ਬਿਸਕਿਟ ਤਾਂ ਅਸੀਂ ਖਾਂਦੇ ਹਾਂ ਦੋ, ਰਸ ਅਸੀਂ ਖਾਵਾਂਗੇ ਦੋ, ਪਰ ਜਦੋਂ ਮੱਠੀਆਂ ਦੀ ਵਾਰੀ ਆਉਂਦੀ ਹੈ ਤਾਂ ਅਸੀਂ ਕੌਲਾ ਭਰ ਕੇ ਜਾਂ ਮੁੱਠੀ ਭਰ ਕੇ ਬੈਠ ਜਾਂਦੇ ਹਾਂ। ਸਾਡੀ ਇਸ ਗਲਤੀ ਨੇ ਸਾਡੀਆਂ ਟ੍ਰੈਡੀਸ਼ਨਲ ਖੁਰਾਕਾਂ ਨੂੰ ਬੁਰਾ ਬਣਾ ਦਿੱਤਾ। ਹੁਣ ਕਿਉਂਕਿ ਅਸੀਂ ਜ਼ਿਆਦਾ ਫਿਜ਼ੀਕਲ ਕੰਮ ਨਹੀਂ ਕਰਦੇ, ਤਾਂ ਅਸੀਂ ਰਸ ਅਤੇ ਬਿਸਕਿਟ ਦੀ ਤਰ੍ਹਾਂ ਮੱਠੀਆਂ ਵੀ ਦੋ ਜਾਂ ਤਿੰਨ ਹੀ ਲੈਣੀਆਂ ਨੇ। ਇਹਨਾਂ ਨੂੰ ਸਟੋਰ ਕਰਕੇ ਸੰਭਾਲ ਕੇ ਰੱਖੋ, ਸਾਰੀਆਂ ਇੱਕ ਦਿਨ ਦੇ ਵਿੱਚ ਖਤਮ ਨਹੀਂ ਕਰਨੀਆਂ। ਰਿਸਰਚ ਇਹ ਵੀ ਕਹਿੰਦੀ ਹੈ ਕਿ ਤੁਹਾਡੇ ਜੀਨਸ ਵੀ ਤੁਹਾਨੂੰ ਓਵਰ ਈਟਿੰਗ ਕਰਨ ਲਈ ਅਤੇ ਜ਼ਿਆਦਾ ਖਾਣ ਲਈ ਮਜਬੂਰ ਕਰਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਪੁਰਖਿਆਂ ਦੀ ਖੁਰਾਕ ਜ਼ਿਆਦਾ ਸੀ, ਕਿਉਂਕਿ ਉਹਨਾਂ ਦਾ ਫਿਜ਼ੀਕਲ ਕੰਮ ਜ਼ਿਆਦਾ ਸੀ। ਅਸੀਂ ਹੁਣ ਫਿਜ਼ੀਕਲ ਕੰਮ ਨਹੀਂ ਕਰਦੇ, ਸਾਡਾ ਕੰਮਕਾਰ ਬਿਲਕੁਲ ਬਦਲ ਚੁੱਕਿਆ ਹੈ, ਤਾਂ ਸਾਨੂੰ ਆਪਣੀ ਖੁਰਾਕ ਦੀ ਮਾਤਰਾ ਬਦਲਣੀ ਪਏਗੀ, ਖੁਰਾਕ ਨਹੀਂ, ਕਿਉਂਕਿ ਅਸੀਂ ਇਸੇ ਭੋਜਨ ਦੇ ਬਣੇ ਹਾਂ। ਇਹ ਭੋਜਨ ਸਾਡੇ ਜੀਨਸ ਨੂੰ ਜ਼ਿਆਦਾ ਸੂਟ ਕਰਦਾ ਹੈ। ਅਸੀਂ ਭੋਜਨ ਨੂੰ ਇਹੀ ਰੱਖਣਾ ਹੈ ਜੋ ਅਸੀਂ ਪੁਰਾਣਾ ਖਾਂਦੇ ਸੀ, ਪਰ ਅਸੀਂ ਇਸ ਦੀ ਮਾਤਰਾ ਨੂੰ ਘਟਾਉਣਾ ਹੈ ਅਤੇ ਇਹ ਆਦਤ ਪਾਉਣੀ ਹੈ, ਆਪਣੇ ਮਾਈਂਡ ਨੂੰ ਕੌਨਸ਼ੀਅਸ ਰੱਖਣਾ ਹੈ ਕਿ ਅਸੀਂ ਕਿੰਨੀ ਈਟਿੰਗ ਕਰਨੀ ਹੈ। ਧਿਆਨ ਨਾਲ ਖਾਓ, ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਕਿ ਕਿੰਨੀਆਂ ਕੈਲਰੀਜ਼ ਦੀ, ਕਿੰਨੇ ਭੋਜਨ ਦੀ ਤੁਹਾਨੂੰ ਲੋੜ ਹੈ। ਜਾਗਰੂਕ ਤਰੀਕੇ ਨਾਲ ਕੌਨਸ਼ੀਅਸ ਹੋ ਕੇ ਜ਼ਿੰਦਗੀ ਜੀਣ ਦੇ ਲਈ ਮੈਡੀਟੇਸ਼ਨ ਅਤੇ ਯੋਗ ਸਾਡੀ ਬਹੁਤ ਮਦਦ ਕਰਦਾ ਹੈ। ਤੁਸੀਂ ਚਾਹੋ ਤਾਂ ਆਪਣੀ ਜ਼ਿੰਦਗੀ ਨੂੰ ਇਹ ਖੂਬਸੂਰਤ ਤੋਹਫ਼ਾ ਦੇ ਸਕਦੇ ਹੋ। ਯੋਗ ਕਲਾਸਿਸ ਜੁਆਇਨ ਕਰਨ ਦੇ ਲਈ ਵਟਸਐਪ ਨੰਬਰ 8284000026 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਸੀ ਅੱਜ ਦਾ ਵੀਡੀਓ, ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਮੈਂ ਫਿਰ ਮਿਲਾਂਗੀ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।